अस्सलाम वालेकुम दोस्तों, पंजाब के कॉलेज से कश्मीरी गर्ल्स स्टूडेंट्स का एक वायरल वीडियो सामने आया है। आप लोग ये वीडियो देख ले। अगर कोई नया दोस्त भी आज हमारे इस चैनल पे पहली बार आया है तो उससे भी रिक्वेस्ट है कि चैनल के साथ जुड़ जाए, चैनल को सब्सक्राइब करें, क्योंकि इस चैनल पे आपको कश्मीर रिलेटेड और बाकी दुनिया रिलेटेड भी अपडेट्स और ऑथेंटिक कॉन्टेंट्स देखने को मिलते ही रहते हैं। ਮੈਨੂੰ ਜਿਵੇਂ ਤੁਸੀਂ ਅੰਦਰ ਕੀਤਾ ਮੇਰਾ ਮਿਸ ਤੁਹਾਡੇ ਕਾਲਜ ਦਾ ਹਾਲ ਹੈ ਯਾਰ ਇਹਨਾਂ ਦੇ ਹਾਲ ਸੁਣੋ ਨਾ ਬੱਚਿਆਂ ਦੇ ਆ ਦੇਖ ਸਕਦੇ ਹੋ ਬੱਚਿਆਂ ਦੇ ਅੱਖਾਂ ਦੇ ਵਿੱਚ ਹੰਝੂ ਦੱਸ ਵੀ ਬੱਚੇ ਦੇ ਗਾਲ ਲਾ ਰਹੇ ਹੋ ਸੀ ਕੀ ਕਰਦੇ ਤੁਹਾਡੇ ਬੱਚੇ ਦੇ ਸਾਹਮਣੇ ਗੱਲ ਕਰਾ ਰਹੇ ਬੈਠੋ ਇੱਥੇ ਬੈਠੋ ਬੈਠੋ ਇੱਥੇ ਸਰ ਹਮ ਅਭੀ ਐਕਸਪਲੇਨ ਵੀ ਨਹੀਂ ਕਰ ਅਗਰ ਬਾਅਦ ਮੇਂ ਬੱਚੇ ਜਾਣਗੇ ਭਾਈ ਬਾਤੀ ਨਹੀਂ ਤਬ ਤੱਕ ਜਬ ਤੱਕ ਸਰ ਉਹ ਐਡਵਾਂਸ ਸਬਸਕ੍ਰਾਈਬ ਵੀ ਲੈ ਸਕਦੇ ਯਾਰ ਜਿੰਨਾ ਵੀ ਕਰਾਸੀ ਅਗਰ ਉਹ ਹੱਥ ਨਹੀਂ ਲਾਉਂਦਾ ਇੱਥੇ ਇੱਥੋਂ ਰਹਿਣ ਵਾਲੇ ਅਸੀਂ ਹੋਗਾ ਜੀ ਆਪਕਾ ਘਰ ਹੈ ਤੁਸੀਂ ਡਰੋ ਭਾਈ ਵੈਕੇਸ਼ਨ ਸੀ ਹਮੇ ਕੋਈ ਵੈਕੇਸ਼ਨ ਨਹੀਂ ਮਿਲੀ ਅਗਰ ਹਮੇ ਵੈਕੇਸ਼ਨ ਨਹੀਂ ਮਿਲੇਗੀ ਤਾਂ ਹਮੇ ਤਾਂ ਘਰ ਜਾਣਾ ਹੀ ਹੈ ਨਾ ਹਮ ਪੂਰੇ 4 ਸਾਲ ਕੇ ਲਈ ਤਾਂ ਯਹੀਂ ਨਹੀਂ ਨਾ ਬੈਠेंगे ਸਰ ਨਹੀਂ ਕਰਵਾਤੇ ਹਮਨੇ ਝਾੜੂ ਪੂਛਾ ਅਭੀ ਕਰਵਾਇਆ ਹੋਸਟਲ ਮੇ ਹਮਸੇ ਝਾੜੂ ਪੂਛਾ ਕਰਵਾਇਆ ਇਨਹੋਨੇ ਉਹ ਵੀ ਰਾਤ ਕੋ 10 ਵਜੇ ਬੋਲਾ ਕਿ ਤਬ ਤੱਕ ਖਾਣਾ ਨਹੀਂ ਦੇਂਗੇ ਹਮ ਸਰ ਉਹ ਐਡਵਾਂਸ ਸਬਸਕ੍ਰਾਈਬ ਵੀ ਲੈ ਸਕਦੇ ਯਾਰ ਜਿੰਨਾ ਵੀ ਕਰਾਸੀ ਅਗਰ ਉਹ ਹੱਥ ਨਹੀਂ ਲਾਉਂਦਾ ਇੱਥੇ ਇੱਥੋਂ ਰਹਿਣ ਵਾਲੇ ਅਸੀਂ ਹੋਗਾ ਜੀ ਆਪਕਾ ਘਰ ਹੈ ਤੁਸੀਂ ਡਰੋ ਪੰਜਾਬ ਮੇ ਆਪਕੇ ਸਾਥ ਐਸਾ ਹੋ ਜਾਏਗਾ ਕਿ ਹਮ ਲੋਗ ਮਰ ਗਏ ਕਿ ਜਾਨ ਹੁਣ ਚੱਕਰ ਆ ਰਹੇ ਭਾਈ ਆ ਬੱਚਿਆਂ ਨੂੰ ਹੁਣ ਚੱਕਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਨੇ ਵੀਡੀਓ ਦੇਖ ਲਈ ਕਿ ਕਿਸ ਤਰ੍ਹਾਂ ਸੇ ਕਾਲਜ ਵਾਲੇ ਬਹਾਨਾ ਕਰਕੇ ਇਨ ਸਟੂਡੈਂਟਸ ਕੀ ਸ਼ਾਰਟੇਜ ਨਿਕਾਲਣਾ ਚਾਹਤੇ ਹੈ ਔਰ ਇਨਕੋ ਐਗਜ਼ਾਮ ਮੇ ਬੈਠਨੇ ਨਹੀਂ ਦਿਆ ਜਾ ਰਹਾ ਹੈ ਲੜਕੀ ਕਾ ਕਹਿਣਾ ਇਹ ਵੀ ਥਾ ਕਿ ਹਮੇ ਉਸ ਸਟਾਈਲ ਮੇ ਝਾੜੂ ਪੋਚਾ ਲਗਾਣੇ ਕੇ ਲਈ ਮਜਬੂਰ ਕੀਆ ਜਾ ਰਹਾ ਹੈ ਦੋਸਤੋ ਚੈਨਲ ਕੇ ਸਾਥ ਜੁੜ ਜਾਣਾ ਵੀਡੀਓ ਮੇ ਆਪ ਸਭ ਕਾ ਬਨੇ ਰਹਿਣੇ ਕਾ ਬਹੁਤ ਬਹੁਤ ਸ਼ੁਕਰੀਆ